ਜੇ ਤੁਸੀਂ ਕਿਸ ਤਰ੍ਹਾਂ ਤੁਸੀਂ ਚੋਣ ਲੜੋਗੇ? ਬਰਗਾੜੀ ਇਨਸਾਫ ਮੋਰਚੇ ਵੱਲੋਂ ਜਿਨ੍ਹਾਂ ਉਮੀਦਵਾਰਾਂ ਦਾ ਨਾਂ ਦਿੱਤਾ ਗਿਆ ਉਹਨਾਂ ਵਿੱਚ ਮੇਰਾ ਨਾਮ ਬਠਿੰਡੇ ਤੋਂ ਐਲਾਨ ਕੀਤਾ ਗਿਆ। ਮੈਂ ਯੂਨਾਈਟਿਡ ਅਕਾਲੀ ਦਲ ਦੇ ਬਤੌਰ ਸਕੱਤਰ ਜਨਰਲ ਕੰਮ ਕਰ ਰਿਹਾ। ਮੈਂ ਇਹਦੇ 'ਚ ਤੁਹਾਡੇ ਰਾਹੀਂ ਵਿਸ਼ੇਸ਼ ਕਰਕੇ ਮੀਡੀਆ ਨੂੰ ਅਤੇ ਪੰਜਾਬ ਦੇ ਲੋਕਾਂ ਨੂੰ ਵੀ ਇੱਕ ਬੇਨਤੀ ਕਰਨੀ ਚਾਹੁੰਦਾ। 70 ਸਾਲਾਂ ਤੋਂ ਪੰਜਾਬ ਦੇ ਵਿੱਚ ਜਮਹੂਰੀਅਤ ਨਹੀਂ ਆਈ, ਕੁਝ ਚਿਹਰੇ ਬਦਲੇ ਆ, ਕੁਝ ਪਰਿਵਾਰਾਂ ਦਾ ਜਿਨ੍ਹਾਂ ਦਾ ਸੰਬੰਧ ਸਿਰਫ ਲੁੱਟਣ ਨਾਲ ਹੈ, ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦਾ ਲਹੂ ਪਸੀਨਾ ਦੀ ਕਮਾਈ ਨਾਲ ਲਹੂ ਪੀ ਕੇ ਕੁਝ ਮਲਕ ਭਾਗੂਆਂ ਨੇ ਪੰਜਾਬ ਦੀ ਰਾਜਨੀਤੀ 'ਤੇ ਕਬਜ਼ਾ ਕੀਤਾ ਹੋਇਆ। ਅਸੀਂ ਉਹਨਾਂ ਪਰਿਵਾਰਾਂ ਦੀ ਕਬਜ਼ਾ ਤੋੜਨ ਲਈ, ਸਹੀ ਅਰਥਾਂ 'ਚ ਪੰਜਾਬ ਦੇ ਵਿੱਚ ਜਮਹੂਰੀਅਤ ਦੀ ਬਹਾਲੀ ਲਈ ਅਤੇ ਇਨਸਾਫ ਹਰੇਕ ਮਨੁੱਖ ਦਾ ਅਧਿਕਾਰ ਹੈ, ਪੰਜਾਬ ਦੇ ਸਮੁੱਚੇ ਲੋਕਾਂ ਲਈ ਇਨਸਾਫ ਦੀ ਲੜਾਈ ਲੜਨ ਲਈ ਆਪਣਾ ਪੱਖ ਲੈ ਕੇ ਲੋਕਾਂ 'ਚ ਜਾਵਾਂਗੇ। ਇਹਦੇ ਲਈ ਅਸੀਂ ਪਾਰਲੀਮੈਂਟ ਦੀ ਚੋਣ ਲੜ ਰਹੇ ਹਾਂ। ਇਹ ਸਾਰੇ ਦਲ ਬਦਲੂ ਲੋਟੂ ਜਿਨ੍ਹਾਂ ਦਾ ਥਾਂ ਪਾਰਲੀਮੈਂਟ ਜਾਂ ਪੰਜਾਬ ਸਰਕਾਰ ਦੇ ਵਿੱਚ ਨਹੀਂ, ਇਹਨਾਂ ਦਾ ਥਾਂ ਜਿਹੜਾ ਅਸਲ ਦੇ ਵਿੱਚ ਜੇਲ੍ਹਾਂ 'ਚ ਚਾਹੀਦਾ। ਗੁਰਦੀਪ ਜੀ, ਆਪਾਂ ਬਠਿੰਡੇ ਦੀ ਗੱਲ ਕਰੀਏ, ਲੋਕ ਸਭਾ ਦੀ ਗੱਲ ਕਰੀਏ, ਸੀਟ ਦੀ ਗੱਲ ਕਰੀਏ, ਇੱਥੇ ਟਫ ਮੁਕਾਬਲਾ, ਹਰਸਿਮਰਤ ਕੌਰ ਬਾਦਲ ਹੈ, ਹੋ ਸਕਦਾ ਮਨਪ੍ਰੀਤ ਬਾਦਲ ਆਵੇ ਅਤੇ ਹੋਰ ਵੀ ਕਈ ਲੀਡਰ ਇੱਥੇ ਆ ਸਕਦੇ। ਤੁਹਾਡਾ ਤੁਸੀਂ ਕਿਵੇਂ ਮੰਨਦੇ ਹੋ, ਤੁਹਾਡਾ ਮੁਕਾਬਲਾ ਕਿਵੇਂ ਰਹੂਗਾ ਜੀ? ਦੇਖੋ, ਮੈਂ ਕੋਈ ਬਹੁਤ ਵਧਾ ਚੜ੍ਹਾ ਕੇ ਗੱਲਾਂ ਕਰਾਂ ਉਹਦਾ ਫਾਇਦਾ ਨਹੀਂ। ਬਹੁਤ ਸਮਾਂ ਅਸੀਂ ਪਹਿਲਾਂ ਵੀ ਕਈ ਇਹੋ ਜਿਹੇ ਹਾਲਾਤ ਵੇਖੇ। 89 'ਚ ਅਸੀਂ 10 ਬੰਦੇ ਵੀ ਕਾਗਜ਼ ਭਰਨ ਵਾਲੇ ਨਹੀਂ ਸੀ, ਲੋਕਾਂ ਨੇ ਸਾਡਾ ਸਾਥ ਦਿੱਤਾ। ਦੂਜੀ ਗੱਲ, ਇਹ ਫੈਸਲਾ ਪਰਮਾਤਮਾ ਦੇ ਹੱਥ 'ਚ ਆ, ਲੋਕਾਂ ਦੇ ਹੱਥ 'ਚ ਆ। ਅਸੀਂ ਆਪਣਾ ਪੱਖ ਲੈ ਕੇ ਕਿ ਇਹ ਸਾਰੇ ਲੋਕ ਠੱਗ ਆ, ਇਹ ਲੋਕ ਲੋਟੂ ਆ, ਇਹਨਾਂ ਦੀ ਜਾਇਦਾਦਾਂ ਕਿੱਥੋਂ ਵਧੀਆਂ, ਇਹਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ, ਇਹਨਾਂ ਦੀਆਂ ਜਾਇਦਾਦਾਂ ਜ਼ਬਤ ਹੋਣੀਆਂ ਚਾਹੀਦੀਆਂ, ਇਹਨਾਂ ਦਾ ਥਾਂ ਜੇਲ੍ਹਾਂ 'ਚ ਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕੀਤੀ, ਕਤਲੇਆਮੇ ਪੰਜਾਬ 'ਚ ਕਰਦੇ ਆ, ਰੋਜ਼ ਦਲ ਬਦਲੀਆਂ ਕਰਦੇ ਆ, ਭਾਵੇਂ ਉਹ ਕੈਪਟਨ ਅਮਰਿੰਦਰ ਸਿੰਘ ਆ, ਭਾਵੇਂ ਮਨਪ੍ਰੀਤ ਸਿੰਘ ਆ, ਅਤੇ ਭਾਵੇਂ ਪ੍ਰਕਾਸ਼ ਸਿੰਘ ਬਾਦਲ ਆ। ਇਹ ਸਾਰੇ ਇੱਕੋ ਪਰਿਵਾਰ ਆ, ਜਿਨ੍ਹਾਂ ਦੀ ਜਮਾਤ ਆ ਲੋਟੂ ਜਮਾਤ। ਇਹਨਾਂ ਵਿਰੁੱਧ ਆਪਣਾ ਪੱਖ ਲੈ ਕੇ ਜਮਹੂਰੀਅਤ ਨਾਲ ਇਹਨਾਂ ਦਾ ਕੋਈ ਸੰਬੰਧ ਨਹੀਂ, ਨਾ ਇਹਨਾਂ ਦਾ ਕਿਸੇ ਧਰਮ ਨਾਲ ਸੰਬੰਧ ਆ, ਨਾ ਇਹਨਾਂ ਦਾ ਕੋਈ ਸਮਾਜਿਕ ਇਕਸੁਰਤਾ ਨਾਲ ਆ। ਇਹ ਸਭ ਇਹਨਾਂ ਦੇ ਨਾਅਰੇ ਆ, ਲੋੜ ਪੈਣ 'ਤੇ ਲੜਾ ਵੀ ਸਕਦੇ ਆ। ਅਸੀਂ ਆਪਣਾ ਪੱਖ ਲੈ ਕੇ ਲੋਕਾਂ 'ਚ ਜਾਵਾਂਗੇ। ਅੱਗੇ ਫੈਸਲਾ ਜੋ ਉਹ ਲੋਕਾਂ ਦਾ, ਘੱਟ ਤੋਂ ਘੱਟ ਖਰਚ ਨਾਲ, ਘੱਟ ਤੋਂ ਘੱਟ ਪੈਸੇ ਨਾਲ, ਘੱਟ ਤੋਂ ਘੱਟ ਸਾਧਨਾਂ ਨਾਲ ਅਸੀਂ ਆਪਣਾ ਪੱਖ ਲੋਕਾਂ 'ਚ ਰੱਖਣਾ। ਜੇ ਆਪਾਂ ਅੱਜ ਦੀ ਗੱਲ ਕਰੀਏ, ਅੱਜ ਜਿਹੜੀ ਟ੍ਰਾਂਸਫਰ ਦਾ ਐਲਾਨ ਕੀਤਾ ਗਿਆ, ਉਹ ਕਿਹੜੀ ਕਿਹੜੀ ਜਗ੍ਹਾ 'ਤੇ ਕੀਤਾ ਗਿਆ, ਉਹਦੇ ਬਾਰੇ ਤੁਸੀਂ ਦੱਸ ਦਿਓ। ਅੱਜ ਬਠਿੰਡਾ ਤੋਂ ਮੇਰਾ ਨਾਂ ਗੁਰਦੀਪ ਸਿੰਘ, ਅਨੰਦਪੁਰ ਸਾਹਿਬ ਤੋਂ ਗੁਰੂ ਸਾਹਿਬ ਮਹਾਰਾਜ ਦੀ ਅੰਸ਼ ਬੰਸ਼ ਤੋਂ ਬਿਕਰਮ ਸਿੰਘ ਸੋਢੀ, ਸਾਡੇ ਅਕਾਲੀ ਦਲ ਦੇ ਪ੍ਰਧਾਨ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਆ ਭਾਈ ਮੋਹਕਮ ਸਿੰਘ ਖਡੂਰ ਸਾਹਿਬ ਦੇ ਤੋਂ ਉਹਨਾਂ ਦਾ ਐਲਾਨ ਕੀਤਾ ਗਿਆ। ਸਰਦਾਰ ਸਿਮਰਜੀਤ ਸਿੰਘ ਮਾਨ ਸੰਗਰੂਰ ਤੋਂ ਐਲਾਨ ਕੀਤਾ ਗਿਆ। ਬਾਕੀ ਸੀਟਾਂ ਰਹਿ ਗਈਆਂ, ਉਹਦਾ ਐਲਾਨ ਹੋਊਗਾ? ਉਹਦੇ 'ਚ ਅਸੀਂ ਅੱਜ ਕਮੇਟੀ ਬਣਾਈ ਹੈ। ਅਸੀਂ ਚਾਹੁੰਦੇ ਹਾਂ ਕਿ ਬਾਦਲ ਅਤੇ ਕਾਂਗਰਸ ਦੇ ਵਿਰੁੱਧ ਜਿੰਨੇ ਧੜੇ ਆ, ਭਾਵੇਂ ਉਹਨਾਂ ਦਾ ਅੱਜ ਤੱਕ ਦਾ ਕੋਈ ਬਹੁਤ ਵਧੀਆ ਰਿਸਪੋਂਸ ਨਹੀਂ, ਅਸੀਂ ਸਭ ਦੇ ਜਾ ਕੇ ਦਰਵਾਜ਼ੇ ਖੜਕਾਵਾਂਗੇ। ਅਸੀਂ ਚਾਹੁੰਦੇ ਹਾਂ ਕਿ ਇੱਕ ਉਮੀਦਵਾਰ ਉਹਨਾਂ ਦੋਹਾਂ ਪਾਰਟੀਆਂ ਦੇ ਵਿਰੁੱਧ ਇੱਕ ਉਮੀਦਵਾਰ ਹੋਵੇ। ਉਹਦੇ 'ਚ ਬਹੁਜਨ ਸਮਾਜ ਪਾਰਟੀ, ਉਹਦੇ ਵਿੱਚ ਆਮ ਆਦਮੀ ਪਾਰਟੀ, ਲੋਕ ਇਨਸਾਫ ਪਾਰਟੀ, ਖਹਿਰਾ ਸਾਹਿਬ ਦੀ ਪੰਜਾਬੀ ਏਕਤਾ ਪਾਰਟੀ, ਟਕਸਾਲੀ ਅਕਾਲੀ ਦਲ, ਸਭ ਦੇ ਅਸੀਂ ਦਰਵਾਜ਼ਿਆਂ 'ਤੇ ਜਾਵਾਂਗੇ। ਸਾਡੀ ਇਹ ਵੀ ਇੱਛਾ ਕਿ ਅਸੀਂ ਪਹਿਲਾਂ ਵੀ ਐਲਾਨ ਕਰ ਚੁੱਕੇ ਹਾਂ ਕਿ ਪੰਜਾਬ ਦੀ ਜਿਹੜੀ ਇਲੈਕਸ਼ਨ ਆ ਉਹ ਬੀਬੀ ਮਾਇਆਵਤੀ ਨੂੰ ਬਤੌਰ ਪ੍ਰਧਾਨ ਮੰਤਰੀ ਦੇ ਉਮੀਦਵਾਰ ਦੇ ਉੱਤੇ ਅੱਗੇ ਰੱਖ ਕੇ ਸਾਨੂੰ ਇਹ ਲੜਨੀ ਚਾਹੀਦੀ ਹੈ, ਕਿਉਂਕਿ ਦਲਿਤਾਂ ਸਦੀਆਂ ਤੋਂ ਗੁਲਾਮ ਲੋਕ ਆ, ਖਾਲਸਾ ਪੰਥ ਵੀ ਮਜ਼ਲੂਮ ਆ, ਜ਼ੁਲਮਾਂ ਦਾ ਸ਼ਿਕਾਰ ਆ। ਅਸੀਂ ਇਕੱਠੇ ਹੋ ਕੇ ਸਾਨੂੰ ਜਿੱਥੋਂ ਇਨਸਾਫ ਮਿਲੇ ਉਹਨਾਂ ਦੀ ਅਗਵਾਈ 'ਚ ਚੋਣ ਲੜਾਂਗੇ। ਧੰਨਵਾਦ।